ਕੈਨੇਡਾ ਦੇ ਇੱਕ ਹੋਰ ਸੂਬੇ ਤੋਂ ਵੱਡੀ ਇਮੀਗ੍ਰੇਸ਼ਨ ਅਪਡੇਟ ਸਾਹਮਣੇ ਆਈ ਹੈ ਅਤੇ ਇਸ ਤੋਂ ਪਹਿਲਾਂ ਕਿ ਅਸੀਂ ਅਪਡੇਟ ਦੇ ਵੱਲ ਅੱਗੇ ਵਧੀਏ ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਨਵੰਬਰ ਮਹੀਨੇ ਦਾ ਪਹਿਲਾ ਐਕਸਪ੍ਰੈਸ ਐਂਟਰੀ ਡਰਾਅ 10 ਨਵੰਬਰ ਨੂੰ ਕੱਢਿਆ ਗਿਆ ਹੈ ਜਿਸ ਦੇ ਵਿੱਚ 775 PNP ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਕਿ ਉਹ ਕੈਨੇਡਾ ਦੀ PR ਦੇ ਲਈ ਅਪਲਾਈ ਕਰਨ ਅਤੇ ਇਸ ਡਰਾਅ ਦੇ ਵਿੱਚ CRS ਸਕੋਰ 685 ਰਿਹਾ ਅਤੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਨਵੰਬਰ ਮਹੀਨੇ ਦੇ ਦੌਰਾਨ ਹੁਣ ਤੱਕ ਸਿਰਫ ਇੱਕ ਐਕਸਪ੍ਰੈਸ ਐਂਟਰੀ ਡਰਾਅ ਹੀ ਐਲਾਨਿਆ ਗਿਆ ਹੈ ਅਤੇ ਇਸ ਡਰਾਅ ਦੇ ਵਿੱਚ ਵੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਿਰਫ PNP ਕੈਂਡੀਡੇਟਸ ਨੂੰ ਹੀ ਸੱਦੇ ਭੇਜੇ ਗਏ ਹਨ ਕਿ ਉਹ ਕੈਨੇਡਾ ਦੇ PR ਦੇ ਲਈ ਅਪਲਾਈ ਕਰਨ ਅਤੇ ਜੇਕਰ ਇਸ ਦੇ ਨਾਲ ਹੀ ਅਸੀਂ ਪਿਛਲੇ ਮਹੀਨੇ ਅਕਤੂਬਰ ਦੀ ਗੱਲ ਕਰੀਏ ਤਾਂ ਅਕਤੂਬਰ ਮਹੀਨੇ ਦੇ ਦੌਰਾਨ ਵੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਿਰਫ 2 ਐਕਸਪ੍ਰੈਸ ਐਂਟਰੀ ਡਰਾਅ ਹੀ ਐਲਾਨੇ ਗਏ ਅਤੇ ਇਹ ਐਕਸਪ੍ਰੈਸ ਐਂਟਰੀ ਡਰਾਅ ਵੀ ਸਿਰਫ PNP ਕੈਂਡੀਡੇਟਸ ਦੇ ਲਈ ਹੀ ਰਹੇ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਂਡੀਡੇਟਸ ਦੇ ਲਈ ਅਕਤੂਬਰ ਮਹੀਨੇ ਵੀ ਕੋਈ ਡਰਾਅ ਨਹੀਂ ਕੱਢਿਆ ਗਿਆ ਅਤੇ ਅਕਤੂਬਰ ਮਹੀਨੇ ਦੇ ਦੌਰਾਨ ਪਹਿਲਾ ਐਕਸਪ੍ਰੈਸ ਐਂਟਰੀ ਡਰਾਅ 13 ਅਕਤੂਬਰ ਨੂੰ ਕੱਢਿਆ ਗਿਆ ਸੀ ਅਤੇ ਇਸ ਡਰਾਅ ਦੇ ਵਿੱਚ 681 PNP ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਸਨ ਕਿ ਉਹ ਕੈਨੇਡਾ ਦੀ PR ਦੇ ਲਈ ਅਪਲਾਈ ਕਰਨ ਅਤੇ CRS ਸਕੋਰ 720 ਰਿਹਾ ਸੀ ਅਤੇ ਦੂਸਰਾ ਐਕਸਪ੍ਰੈਸ ਐਂਟਰੀ ਡਰਾਅ 27 ਅਕਤੂਬਰ ਨੂੰ ਕੱਢਿਆ ਗਿਆ ਅਤੇ ਇਸ ਡਰਾਅ ਦੇ ਵਿੱਚ 888 PNP ਕੈਂਡੀਡੇਟਸ ਨੂੰ ਇਨਵਾਈਟ ਕੀਤਾ ਗਿਆ ਕਿ ਉਹ ਕੈਨੇਡਾ ਦੀ PR ਦੇ ਲਈ ਅਪਲਾਈ ਕਰਨ ਅਤੇ CRS ਸਕੋਰ 744 ਰਿਹਾ ਅਕਤੂਬਰ ਮਹੀਨੇ ਦੇ ਦੌਰਾਨ 1600 ਦੇ ਕਰੀਬ PNP ਕੈਂਡੀਡੇਟਸ ਨੂੰ ਇਨਵੀਟੇਸ਼ਨ ਭੇਜੇ ਗਏ ਅਤੇ ਨਵੰਬਰ ਮਹੀਨੇ ਦੇ ਦੌਰਾਨ ਹੁਣ ਤੱਕ ਸਿਰਫ ਇੱਕ ਐਕਸਪ੍ਰੈਸ ਐਂਟਰੀ ਡਰਾਅ ਹੀ ਐਲਾਨਿਆ ਗਿਆ ਹੈ ਅਤੇ ਇਸ ਡਰਾਅ ਦੇ ਵਿੱਚ 775 PNP ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਹਨ ਅਤੇ ਹੁਣ ਜੋ ਕੈਨੇਡਾ ਤੋਂ ਨਵੀਂ ਇਮੀਗ੍ਰੇਸ਼ਨ ਅਪਡੇਟ ਸਾਹਮਣੇ ਆਈ ਹੈ ਉਹ ਅਪਡੇਟ ਹੈ ਕੈਨੇਡਾ ਦੇ ਸੂਬੇ ਸਸਕੈਚਵਨ ਤੋਂ ਜੀ ਹਾਂ ਕੈਨੇਡਾ ਦੇ ਸੂਬੇ ਸਸਕੈਚਵਨ ਦੇ ਵੱਲੋਂ ਨਵੰਬਰ ਮਹੀਨੇ ਦੇ ਦੌਰਾਨ ਪਹਿਲਾ PNP ਡਰਾਅ ਕੱਢਿਆ ਗਿਆ ਹੈ ਅਤੇ ਇਹ PNP ਡਰਾਅ 18 ਨਵੰਬਰ ਨੂੰ ਐਲਾਨਿਆ ਗਿਆ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਇਨਵੀਟੇਸ਼ਨ ਇਸ਼ੂ ਕੀਤੇ ਗਏ ਹਨ ਅਤੇ 18 ਨਵੰਬਰ ਨੂੰ ਸਸਕੈਚਵਨ ਦੇ ਵੱਲੋਂ ਕੱਢੇ ਗਏ ਨਵੇਂ PNP ਡਰਾਅ ਦੇ ਵਿੱਚ ਕੁੱਲ 633 ਇਮੀਗ੍ਰੇਸ਼ਨ ਕੈਂਡੀਡੇਟ ਨੂੰ ਸੱਦੇ ਭੇਜੇ ਗਏ ਹਨ ਅਤੇ ਇਸ ਡਰਾਅ ਦੇ ਵਿੱਚ ਆਕੂਪੇਸ਼ਨਸ ਇਨ ਡਿਮਾਂਡ ਕੈਟਾਗਰੀ ਜਿਸ ਦੇ ਅਧੀਨ 208 ਇਨਵੀਟੇਸ਼ਨ ਜਾਰੀ ਕੀਤੇ ਗਏ ਹਨ ਉਸ ਦੇ ਲਈ ਸਕੋਰ 65 ਰਿਹਾ ਅਤੇ ਐਕਸਪ੍ਰੈਸ ਐਂਟਰੀ ਕੈਟਾਗਰੀ ਜਿਸ ਦੇ ਅਧੀਨ 425 ਇਨਵੀਟੇਸ਼ਨ ਜਾਰੀ ਕੀਤੇ ਗਏ ਹਨ ਉਸਦੇ ਲਈ ਵੀ ਸਕੋਰ 65 ਰਿਹਾ ਅਤੇ 18 ਨਵੰਬਰ ਵਾਲੇ ਨਵੇਂ PNP ਡਰਾਅ ਦੇ ਵਿੱਚ ਕੁੱਲ 633 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਹਨ ਕਿ ਉਹ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਲਈ ਅਪਲਾਈ ਕਰਨ ਅਤੇ ਸਾਡੇ ਵੱਲੋਂ ਵੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੂੰ ਇਸ ਨਵੇਂ PNP ਡਰਾਅ ਦੇ ਵਿੱਚ ਇਨਵੀਟੇਸ਼ਨ ਮਿਲਿਆ ਹੈ ਬਿਊਰੋ ਰਿਪੋਰਟ ਖਬਰ ਪੰਜਾਬੀ